ਦੋਸਤੋ ਮਾਨਾਂ ਦਾ ਮਾਨ ਗੁਰਦਾਸ ਮਾਨ ਫਿਰ ਤੋਂ ਵਿਵਾਦਾਂ ਦੇ ਵਿੱਚ ਘਿਰਦਾ ਹੋਇਆ ਨਜ਼ਰ ਆ ਰਿਹਾ ਕਾਰਨ ਇਹ ਆ ਕਿ ਦੋਸਤੋ ਗੁਰਦਾਸ ਮਾਨ ਨੇ ਆਪਣੀ ਸਟੇਜ ਦੇ ਉੱਪਰੋਂ ਨਕੋਦਰ ਵਾਲੇ ਲਾਡੀ ਸਾਈਂ ਦੀ ਤੁਲਨਾ ਸ੍ਰੀ ਗੁਰੂ ਅਮਰਦਾਸ ਜੀ ਨਾਲ ਕੀਤੀ ਤੇ ਕਿਹਾ ਕਿ ਉਹਨਾਂ ਦਾ ਸਾਈਂ ਸ੍ਰੀ ਗੁਰੂ ਅਮਰਦਾਸ ਜੀ ਦੇ ਵੰਸ਼ ਦੇ ਵਿੱਚੋਂ ਹੀ ਹੈ ਜਿਸ ਤੋਂ ਬਾਅਦ ਸਿੱਖ ਸੰਗਤਾਂ ਵੱਲੋਂ ਲਗਾਤਾਰ ਗੁਰਦਾਸ ਮਾਨ ਦਾ ਵਿਰੋਧ ਕੀਤਾ ਜਾ ਰਿਹਾ ਦੋਸਤੋ ਦੱਸ ਦਈਏ ਕਿ ਗੁਰਦਾਸ ਮਾਨ ਪਿਛਲੇ 2-3 ਸਾਲਾਂ ਤੋਂ ਲਗਾਤਾਰ ਕਿਸੇ ਨਾ ਕਿਸੇ ਕਾਰਨ ਕਰਕੇ ਵਿਵਾਦਾਂ ਦੇ ਵਿੱਚ ਘਿਰਦਾ ਰਿਆ ਚਾਹੇ ਉਹ ਪੰਜਾਬੀ ਮਾਂ ਬੋਲੀ ਬਾਰੇ ਕੀਤੀ ਉਹਨਾਂ ਦੀ ਟਿੱਪਣੀ ਹੋਵੇ ਜਾਂ ਵਿਦੇਸ਼ ਵਿੱਚ ਕੀਤੇ ਇੱਕ ਸ਼ੋਧਾਂ ਲੋਕਾਂ ਨੂੰ ਭੱਦੀ ਸ਼ਬਦਾਵਲੀ ਹੋਵੇ ਗੁਰਦਾਸ ਮਾਨ ਨੂੰ ਜਿੰਨਾ ਪਿਆਰ ਪਹਿਲਾਂ ਮਿਲਿਆ ਸੀ ਹੁਣ ਇਹਨਾਂ 2-3 ਸਾਲਾਂ ਦੇ ਵਿੱਚ ਉਹਨਾਂ ਹੀ ਉਹਨਾਂ ਦਾ ਵਿਰੋਧ ਹੋਇਆ ਤਾਜ਼ਾ ਮਾਮਲੇ ਨੂੰ ਲੈ ਕੇ ਸਿੱਖ ਸੰਗਤਾਂ ਗੁਰਦਾਸ ਮਾਨ ਦੇ ਨਾਲ ਨਾਰਾਜ਼ਗੀ ਜਹਿਰ ਕਰ ਰਹੀਆਂ ਉਹਨਾਂ ਦਾ ਕਹਿਣਾ ਕਿ ਲਾਡੀ ਸਾਈਂ ਜਾਂ ਮਸਤਾਂ ਦੀ ਤੁਲਨਾ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਨਾਲ ਕਰਨੀ ਕਿਤੇ ਵੀ ਗੁਰਦਾਸ ਮਾਨ ਨੂੰ ਸ਼ੋਭਾ ਨਹੀਂ ਦਿੰਦੀ ਤੇ ਨਾ ਹੀ ਸਿੱਖ ਸੰਗਤਾਂ ਉਹਨਾਂ ਦੀ ਇਸ ਹਰਕਤ ਨੂੰ ਬਰਦਾਸ਼ਤ ਕਰਨਗੀਆਂ ਸੋ ਦੋਸਤੋ ਇਸ ਨੂੰ ਲੈ ਕੇ ਬਹੁਤ ਸਾਰੇ ਸਿੱਖ ਵੀਰ ਅੱਗੇ ਆਏ ਆ ਤੇ ਉਹਨਾਂ ਨੇ ਜੰਮ ਕੇ ਗੁਰਦਾਸ ਮਾਨ ਦੀ ਕਲਾਸ ਲਾਈਆ ਇਸ ਵਾਰ ਤਾਂ ਗਰਦਾਸ ਮਾਨ ਨੂੰ ਉਹ ਮaaf ਕਰਨ ਦੇ ਮੂਡ ਦੇ ਵਿੱਚ ਵੀ ਨજર ਨਹੀਂ ਆਉਂਦੀ ਸੋ ਦੋਸਤੋ ਦੱਸ ਦਈਏ ਕਿ ਗਰਦਾਸ ਮਾਨ ਦਾ ਲਗਾਤਾਰ ਵਿਰੋਧ ਉਦੋਂ ਤੋਂ ਹੀ ਕੀਤਾ ਜਾ ਰਿਹਾ ਜਦੋਂ ਉਹਨਾਂ ਨੇ ਇਹ ਕਹਿ ਦਿੱਤਾ ਸੀ ਕਿ ਵਨ ਨੇਸ਼ਨ ਵਨ ਲੈਂਗੁਏਜ ਜਾਨੀ ਕਿ ਸਾਰੇ ਦੇਸ਼ ਦੇ ਵਿੱਚ ਇੱਕ ਹੀ ਭਾਸ਼ਾ ਹੋਣੀ ਚਾਹੀਦੀ ਆ ਉਦੋਂ ਤੋਂ ਹੀ ਪੰਜਾਬੀ ਨੂੰ ਪਿਆਰ ਕਰਨ ਵਾਲੇ ਲੋਕ ਉਹਨਾਂ ਦਾ ਵਿਰੋਧ ਕਰਦੇ ਆ ਰਹੇ ਸੀ ਪਰ ਕਿਤੇ ਨਾ ਕਿਤੇ ਲੋਕ ਇਹ ਸਭ ਕੁਝ ਭੁੱਲ ਕੇ ਗੁਰਦਾਸ ਮਾਨ ਨੂੰ ਜਿਨ੍ਹਾਂ ਨੇ ਪੰਜਾਬੀ ਮਾਂ ਬੋਲੀ ਦਾ ਨਾਮ ਵੀ ਰੋਸ਼ਨ ਕੀਤਾ ਸੀ ਸਭ ਕੁਝ ਭੁੱਲ ਕੇ ਉਹਨਾਂ ਨੂੰ ਅਪਣਾਉਣਾ ਚਾਹੁੰਦੇ ਸੀ ਪਰ ਕਿਤੇ ਨਾ ਕਿਤੇ ਫੇਰ ਮਾਨ ਸਾਹਿਬ ਦੀ ਜਵਾਨ ਫਿਸਲੀ ਆ ਜਿਸ ਕਰਕੇ ਲੋਕਾਂ ਦੇ ਵਿੱਚ ਨਾਰਾਜ਼ਗੀ ਜ਼ਰੂਰ ਦੇਖੀ ਜਾ ਰਹੀ ਆ ਸੋ ਦੋਸਤੋ ਤੁਸੀਂ ਕਮੈਂਟ ਕਰਕੇ ਇਹ ਜ਼ਰੂਰ ਦੱਸਣਾ ਕਿ ਕੀ ਮਾਨ ਸਾਹਿਬ ਦੀ ਜਵਾਨ ਫਿਸਲ ਰਹੀ ਆ ਜਾਂ ਉਹ ਜਾਣ ਬੁੱਝ ਕੇ ਇਦਾਂ ਦੀਆਂ ਗੱਲਾਂ ਕਰਦੇ ਆ ਕਿ ਕਮੈਂਟ ਜਰੂਰ ਕਰ ਦੇਣਾ ਤੁਸੀਂ ਉਹਨਾਂ ਦੇ ਹੱਕ ਦੇ ਵਿੱਚ ਜਾਂ ਉਹਨਾਂ ਦੇ ਵਿਰੋਧ ਦੇ ਵਿੱਚ ਕਮੈਂਟ ਜਰੂਰ ਕਰਨਾ ਇਸ ਤੋਂ ਇਲਾਵਾ ਹੋਰ ਵੀਡੀਓਜ਼ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਵਾਰ ਤੋਂ ਵਾਰ ਸ਼ੇਅਰ ਕਰਨਾ ਲਾਈਕ ਕਰਨਾ ਥੈਂਕ ਯੂ ਸੋ ਮਚ